सतनाम श्री वाहिगुरु साहिब जी धन वाहिगुरु साहिब जी धन 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 जन आया जिस प्रसाद सब जगत तराया जन आवन का एह सुआओ जन कै संग चित आवै नाओ आप मुकत मुकत करे संसार नानक तिस जन को सदा नमस्कार हर हर जन दुई एक है बिब विचार कछ नाहे जल ते उपज तरंग ज्यों जल ही बिखै सुमाहे जल ते उपज तरंग ज्यों जल ही बिखै सुमाहे बेसुमार अथाह अगणत अतुल ज्यों बुलावहो त्यों नानक दास बुलै परम सत्कार जोग जुगो जुग अटल चावर शतर तखत दे मालक हाजरा हजूर जाहरा जहोर सर्ब कला भरपूर पतित पावन भगत वशल कृपा निदान दो जहान दे वाली दसम पातशाहियां दी पावन जोत धन धन सतगुरु श्री गुरु ग्रंथ साहिब जी महाराज तिन्हां दी पावन पवित्र हजूरी अंदर श्रीमान संत बाबा निदान सिंह जी तिन्हां दे पावन पवित्र अस्थानां ते तिन्हां दी मिठी ताजी याद हर साल दी तरह संत बाबा निदान सिंह जी संत बाबा हरनाम सिंह जी संत बाबा आत्मा राम आत्मा सिंह जी संत बाबा शीशा सिंह जी तिन्हां समूह महापुरखां दी मिठी याद नूं ताजा करदिआं होइआं महापुरख श्रीमान संत बाबा नरेंद्र सिंह जी अते संत बाबा बलविंदर सिंह जी तिन्हां दे उद्यम उपराले दे सदका देश विदेश दीआं समूह संगतां वल्लों मिल करके महापुरखां दी याद हर साल मनाई जांदी है। तिस याद नूं समर्पित जिथे अमृतमई पावन बाणी दे अखंड पाठ साहिब आरंभ होए ने उत्थे नाल सतगुरां जी दी बख्शिश रहमत दे अनुसार दीवान दी आरंभता होई है। दीवानां दी आरंभता ते जिथे आप जी ने सत्कार योग ज्ञानी मनजीत सिंह जी हजूरी कथावाचक लंगर साहिब तिन्हां दे पासों गुरमुत विचारां सरवण कीतियां ने अते सत्कार योग बजुर्गां दे कोलों महापुरखां दे गुरु की पावन वड्याई दी अंदर सुंदर कविता सरवण कीती है।
ਸੋ ਸਤਿਕਾਰਯੋਗ ਚਹਿੜੂ ਸਾਹਿਬ ਸਾਡੇ ਗਿਆਨੀ ਜੀ ਸਤਿਕਾਰਯੋਗ ਸਕੱਤਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ। ਬਹੁਤ ਸੁਲਝੇ ਹੋਏ ਵਿਦਵਾਨ ਨੇ, ਬੜਾ ਮਾਣ ਸਨਮਾਨ ਦਿੰਦੇ ਨੇ। ਜੋ ਉਹਨਾਂ ਨੇ ਮਾਣ ਅਤੇ ਸਨਮਾਨ ਆਪਣੇ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ, ਆਖਿਆ ਹੈ, ਦਿੱਤਾ ਹੈ, ਇਹਨੇ ਭਾਵੇਂ ਅਸੀਂ ਯੋਗ ਨਹੀਂ ਪਰ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਤਰਸ ਕੀਤਾ ਹੈ, ਦਇਆ ਕੀਤੀ ਹੈ ਕਿ ਜਿੱਥੇ ਹਰ ਰੋਜ਼ ਸ਼੍ਰੀ ਖਡੂਰ ਸਾਹਿਬ ਜੀ ਦੀ ਧਰਤੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਸਤਿਗੁਰੂ ਆਪਣੀ ਹਜ਼ੂਰੀ ਦੇ ਅੰਦਰ ਸੇਵਾ ਲੈਂਦੇ ਨੇ ਅਤੇ ਪਾਤਸ਼ਾਹ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਅੱਜ ਸ਼੍ਰੀ ਤਖ਼ਤ ਹਜ਼ੂਰ ਸਾਹਿਬ ਤਖ਼ਤਾਂ 'ਤੇ ਸੇਵਾ ਬਖਸ਼ਿਸ਼ ਕੀਤੀ। ਇਹ ਕੱਲ੍ਹ ਨੂੰ ਹਾਜ਼ਰੀ ਹੈ, ਇਸੇ ਤਰ੍ਹਾਂ ਦੇ ਨਾਲ ਕੱਲ੍ਹ ਦੇ ਦਿਨ ਲੰਗਰ ਸਾਹਿਬ ਵਿਖੇ ਹਾਜ਼ਰੀ ਭਰੀ ਸੀ ਅਤੇ ਅੱਜ ਮਹਾਂਪੁਰਖਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਇੱਥੇ ਬਰਸੀ ਦੇ ਸਮਾਗਮਾਂ ਦੇ ਅੰਦਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਇਹ ਸੁਭਾਗ ਸਮਾਂ ਮਿਲਿਆ ਹੈ। ਆਪ ਜੀ ਸਾਰੇ ਬੜੇ ਧੰਨਤਾ ਦੇ ਯੋਗ ਹੋ, ਜੋ ਕੋਈ ਪੰਜਾਬ ਦੀ ਧਰਤੀ ਤੋਂ, ਕੋਈ ਦੇਸ਼ ਵਿਦੇਸ਼ ਤੋਂ, ਵੱਖ ਵੱਖ ਸ਼ਹਿਰਾਂ ਨਗਰਾਂ ਤੋਂ ਆ ਕਰਕੇ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਮਨਾ ਰਹੇ ਹੋ, ਆਪਣੇ ਮਹਾਨ ਤਖ਼ਤਾਂ ਦੀ ਯਾਤਰਾ ਕਰ ਰਹੇ ਹੋ। ਸੋ ਆਓ, ਜਿੰਨਾ ਵੀ ਸਮਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਬੈਠਣਾ ਹੈ, ਗੁਰੂ ਮਾਲਕ ਦੀ ਕੀਰਤੀ ਪਾਵਨ ਵਡਿਆਈ ਨੂੰ ਕਰਦਿਆਂ ਸੁਣਦਿਆਂ ਇਹਨਾਂ ਜੀਵਨ ਦੀਆਂ ਘੜੀਆਂ ਸਵਾਸਾਂ ਅਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਟੋਡੀ ਰਾਗ ਦੇ ਅੰਦਰ ਅੰਮ੍ਰਿਤਮਈ ਪਾਵਨ ਸ਼ਬਦ ਹੈ, ਜੋ ਆਪ ਜੀ ਨੇ ਹੁਕਮਨਾਮੇ ਦੇ ਰੂਪ ਅੰਦਰ ਕਈ ਵਾਰੀ ਸਰਵਣ ਕੀਤਾ ਹੋਵੇਗਾ। ਬਹੁਤ ਸਾਰੇ ਗੁਰਸਿੱਖਾਂ ਨੂੰ, ਸਹਿਜ ਪਾਠ ਕਰਨ ਵਾਲੇ ਵੀਰਾਂ ਭੈਣਾਂ ਨੂੰ ਯਾਦ ਹੋਏਗਾ। ਉਹ ਪਾਵਨ ਸ਼ਬਦ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ, ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਇਹ ਪਾਵਨ ਬਚਨ ਦੇ ਰਾਹੀਂ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਸਾਡੇ ਸਾਰਿਆਂ 'ਤੇ ਕਿਰਪਾ ਕਰਦੇ ਨੇ। ਹਰੀ ਪਰਮਾਤਮਾ ਦੀ ਯਾਦ ਨੂੰ ਵਿਸਾਰਿਆਂ, ਚੇਤੇ ਨੂੰ ਭੁਲਾਇਆਂ, ਮਾਲਕ ਦੀ ਸਿਫਤ ਸਲਾਹ ਦੀ ਬਾਣੀ ਨੂੰ ਭੁਲਾਇਆਂ। ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਦੀ ਮਾਇਆ ਦੇ ਹੱਥੋਂ ਸਦਾ ਬੇਪਤੀ ਹੁੰਦੀ ਹੈ, ਖੁਆਰੀ ਹੁੰਦੀ ਹੈ। ਫਿਰ ਨਾਲ ਪਾਤਸ਼ਾਹ ਕਹਿੰਦੇ ਨੇ ਵੀ ਤਾਕੋ ਧੋਖਾ ਕਹਾਂ ਵਿਆਪੈ, ਉਸ ਜੀਵ ਨੂੰ ਕਦੀ ਧੋਖਾ ਨਹੀਂ ਲੱਗ ਸਕਦਾ, ਉਹ ਕਦੀ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ। ਕੌਣ? ਜਾ ਕਉ ਓਟ ਤੁਹਾਰੀ, ਹੇ ਮਾਲਕ ਜਿਸ ਨੂੰ ਤੇਰੀ ਓਟ ਹੈ, ਜਿਸ ਨੂੰ ਤੇਰਾ ਆਸਰਾ ਹੈ, ਉਹਨੂੰ ਕਦੀ ਮਾਇਆ ਠੱਗ ਨਹੀਂ ਸਕਦੀ, ਉਹ ਕਦੀ ਮਾਇਆ ਵੱਲੋਂ ਧੋਖਾ ਨਹੀਂ ਖਾ ਸਕਦਾ। ਅੰਮ੍ਰਿਤ ਵੇਲੇ ਤਖ਼ਤ ਸਾਹਿਬ ਵੀ ਇਹ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਸਾਰੇ ਗੁਰਸਿੱਖ ਅੰਮ੍ਰਿਤ ਵੇਲੇ ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੜ੍ਹ ਕੇ ਆਏ ਹੋ ਜਾਂ ਸਰਵਣ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਉਹਨਾਂ ਜੀਵਾਂ ਨੂੰ ਕਦੀ ਆਤਮਕ ਮੌਤ ਨਹੀਂ, ਨਾ ਕਦੀ ਮਾਇਆ ਦੇ ਹੱਥੋਂ ਠੱਗੇ ਜਾਂਦੇ ਨੇ। ਕੌਣ? ਲੋਕ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਰਮੇ ਹੋਏ ਪਰਮਾਤਮਾ ਦਾ ਨਾਮ ਵੱਸਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾ ਉਹ ਮਰਹੇ ਨਾ ਠਾਗੇ ਜਾਹੇ, ਨਾ ਉਹ ਕਦੀ ਆਤਮਕ ਮੌਤੇ ਮਰਦੇ ਨੇ, ਨਾ ਕਦੀ ਮਾਇਆ ਦੇ ਹੱਥੋਂ ਠੱਗੇ ਜਾਂਦੇ ਨੇ। ਕੌਣ? ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਮਨ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ। ਹੁਣ ਕਿਹੜੀ ਮਾਇਆ ਜਿਹਦੇ ਉੱਥੋਂ ਜੀਵ ਠੱਗਿਆ ਜਾਂਦਾ ਹੈ? ਕੀ ਆਹ ਜਿਹੜੇ ਸਾਡੇ ਜੇਬਾਂ ਦੇ ਵਿੱਚ, ਸਾਡੇ ਪੌਕਟਾਂ ਦੇ ਵਿੱਚ ਮਾਇਆ ਹੈ, ਨੋਟ ਨੇ, ਕਰੰਸੀ ਹੈ, ਭਾਵੇਂ ਉਹ ਇੰਡੀਆ ਦੀ ਹੋਵੇ, ਭਾਵੇਂ ਉਹ ਕਿਸੇ ਹੋਰ ਵਿਦੇਸ਼ ਦੀ ਹੋਵੇ,
ਇਹ ਜਿਹੜੀ ਸਾਡੀ ਜੇਬਾਂ ਦੇ ਵਿੱਚ ਕਰੰਸੀ ਪਈ ਹੋਈ ਹੈ ਜਾਂ ਜਿਸ ਕਰੰਸੀ ਨਾਲ ਅਸੀਂ ਮੱਥਾ ਟੇਕਦੇ ਹਾਂ ਕਿ ਇਹ ਮਾਇਆ ਹੈ ਕਿ ਜਿਹੜਾ ਪਰਿਵਾਰ ਸਾਡੇ ਨਾਲ ਆਇਆ ਜਾਂ ਜਿਸ ਪਰਿਵਾਰ ਨੂੰ ਅਸੀਂ ਪਿੱਛੇ ਛੱਡ ਕੇ ਆਏ ਹਾਂ ਕੀ ਇਹ ਧੀਆਂ ਪੁੱਤਰ ਕੀ ਇਹ ਪਰਿਵਾਰ ਮਾਇਆ ਹੈ ਜਾਂ ਜਿਹੜੇ ਸਾਡੇ ਚਾਰ ਛਿਆੜ ਮਾਲਕ ਨੇ ਬਖਸ਼ਿਸ਼ ਕੀਤੇ ਨੇ ਕਿਸੇ ਕੋਲ ਕਿੱਲਾ ਕਿਸੇ ਕੋਲ ਦੋ ਕਿਸੇ ਕੋਲ ਤਿੰਨ ਕਿਸੇ ਕੋਲ ਚਾਰ ਕਿਸੇ ਕੋਲ ਦਸ ਕਿਸੇ ਕੋਲ ਸੌ ਵੀ ਹੈ ਕੀ ਇਹ ਮਾਇਆ ਹੈ ਗੁਰੂ ਮਾਲਕ ਦੇ ਕੋਲੋਂ ਪੁੱਛਣਾ ਸੱਚੇ ਪਾਤਸ਼ਾਹ ਮਹਾਰਾਜ ਕੀ ਇਹ ਮਾਇਆ ਕਿਉਂਕਿ ਜਦੋਂ ਅਸੀਂ ਮਾਇਆ ਦੀ ਗੱਲ ਕਰਦੇ ਹਾਂ ਗੁਰਬਾਣੀ ਮਾਇਆ ਦੀ ਗੱਲ ਕਹਿੰਦੀ ਆ ਗੁਰਬਾਣੀ ਦੇ ਰਾਹੀਂ ਜਦੋਂ ਅਸੀਂ ਵਿਆਖਿਆ ਕਰਦੇ ਹਾਂ ਉਦੋਂ ਕਈ ਵਾਰੀ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਜੀਵਾਂ ਦੇ ਵੀ ਦੇਖੋ ਗਿਆਨੀ ਜੀ ਮਾਇਆ ਦੀ ਗੱਲ ਕਰਦੇ ਨੇ ਅਤੇ ਆਪ ਤੇ ਇਹ ਮਾਇਆ ਤੋਂ ਬਾਹਰ ਨਹੀਂ ਆ ਆਪ ਤੇ ਸੰਗਤ ਇਹਨਾਂ ਨੂੰ ਮਾਇਆ ਭੇਟ ਕਰਦੀ ਹੈ ਜਿਹੜੀ ਉਹ ਮਾਇਆ ਹੁੰਦੀ ਹੈ ਜੀ ਇਹ ਲਪੇਟ ਕੇ ਇਕੱਠੀ ਕਰਕੇ ਪਾ ਕੇ ਜੇਬ ਚੱਲਦੇ ਬੰਦੇ ਨੇ ਗਿਆਨੀਆਂ ਕੋਲ ਤੇ ਕਿਸੇ ਕੋਲ ਬਹੁਤ ਵੱਡੀ ਗੱਡੀ ਹੈ ਕਿਸੇ ਕੋਲ ਬਹੁਤ ਵੱਡੀ ਕੋਠੀ ਹੈ ਕਿਸੇ ਕੋਲ ਬਹੁਤ ਸਾਰੀ ਜ਼ਮੀਨ ਹੈ ਕੀ ਇਹ ਮਾਇਆ ਨਹੀਂ ਗੁਰੂ ਮਾਲਕ ਕੋਲੋਂ ਪੁੱਛੀਏ ਪਾਤਸ਼ਾਹ ਮਾਇਆ ਕੀ ਹੈ ਮਾਇਆ ਦਾ ਸਰੂਪ ਕੀ ਹੈ ਕਿਹਦੇ ਹੱਥੋਂ ਜੀਵ ਠੱਗਿਆ ਜਾਂਦਾ ਹੈ ਕਿਹਦੇ ਹੱਥੋਂ ਜੀਵ ਨੂੰ ਆਤਮਕ ਮੌਤ ਬਣ ਜਾਂਦੀ ਹੈ ਤੇ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਰ ਰੋਜ਼ ਗੁਰਸਿੱਖ ਤਿੰਨਾਂ ਦਾ ਬਚਨ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਪੜ੍ਹਦਾ ਤੇ ਸੁਣਦਾ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਪਾਤਸ਼ਾਹ ਕਹਿੰਦੇ ਜਿਹਦੇ ਮੋਹ ਵਿੱਚ ਲਾ ਕਰਕੇ ਪਰਮਾਤਮਾ ਦੀ ਯਾਦ ਵਿਸਰ ਜਾਏ ਉਹੀ ਮਾਇਆ ਬਣ ਜਾਂਦੀ ਹੈ ਭਾਵੇਂ ਉਹ ਕਰੰਸੀ ਹੋਵੇ ਭਾਵੇਂ ਧਨ ਸੰਪਤੀ ਹੋਵੇ ਭਾਵੇਂ ਉਹ ਪਰਿਵਾਰ ਧੀਆਂ ਪੁੱਤਰ ਹੋਣ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹਦੇ ਮੋਹ ਵਿੱਚ ਲਾ ਕਰਕੇ ਮਾਲਕ ਵਿਸਰਦਾ ਹੈ ਉਹ ਮਾਇਆ ਹੈ ਨਾ ਕਿ ਜੋ ਕੁਝ ਸਾਡੇ ਪਾਸ ਹੈ ਜੇ ਸਭ ਕਾਸੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਮਾਲਕ ਦੀ ਯਾਦ ਵਿੱਚ ਜੁੜਦੇ ਹਾਂ ਉਹਦਾ ਧੰਨਵਾਦ ਕਰਦੇ ਹਾਂ ਇਹ ਸਾਰੀਆਂ ਦਾਤਾਂ ਉਹਦੀਆਂ ਜਾਣਦਿਆਂ ਹੋਇਆਂ ਮੰਨਦੇ ਹਾਂ ਕਿ ਕਬੀਰ ਮੇਰਾ ਮੁਜਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਫਿਰ ਇਹ ਮਾਇਆ ਨਹੀਂ ਫਿਰ ਇਹ ਤੇ ਇੱਕ ਜੀਵਨ ਨਿਰਬਾਹ ਹੈ ਤੇ ਜੀਵਨ ਦੇ ਨਿਰਬਾਹ ਵਾਸਤੇ ਅਸੀਂ ਕਰੰਸੀ ਵੀ ਵਰਤਦੇ ਹਾਂ ਜੀਵਨ ਦੇ ਨਿਰਬਾਹ ਵਾਸਤੇ ਅਸੀਂ ਪਰਿਵਾਰ ਦੇ ਨਾਲ ਵੀ ਵਿਚਰਦੇ ਹਾਂ ਜੀਵਨ ਨਿਰਬਾਹ ਵਾਸਤੇ ਅਸੀਂ ਜ਼ਿੰਮੀਦਾਰੀ ਦੁਕਾਨਦਾਰੀ ਨੌਕਰੀ ਚਾਕਰੀ ਵੀ ਕਰਦੇ ਹਾਂ ਇਹ ਤੇ ਇੱਕ ਜੀਵਨ ਦਾ ਨਿਰਬਾਹ ਹੈ ਪਰ ਜੀਵਨ ਦੇ ਨਿਰਬਾਹ ਦੇ ਨਾਲ ਨਾਲ ਜਿਸ ਨੇ ਇਹ ਦਾਤਾਂ ਦਿੱਤੀਆਂ ਨੇ ਪਾਤਸ਼ਾਹ ਕਹਿੰਦੇ ਉਹ ਦਾਤਾ ਵੀ ਯਾਦ ਆਏ ਕਿਤੇ ਐਸਾ ਨਾ ਹੋਵੇ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੇ ਨਾਹੀਂ ਮਰਨ ਵਿਚਾਰਾ ਕਿਤੇ ਐਸਾ ਨਾ ਹੋ ਜਾਏ ਕਿ ਦਾਤ ਪਿਆਰੀ ਹੋ ਜਾਏ ਤੇ ਦਾਤਾ ਵਿਸਰ ਜਾਏ ਫਿਰ ਇਹ ਸਭ ਕੁਝ ਮਾਇਆ ਬਣ ਜਾਏ ਜੇ ਦਾਤਾ ਨੂੰ ਦੇਖ ਕਰਕੇ ਦਾਤਾ ਯਾਦ ਆਉਂਦਾ ਤੇ ਫਿਰ ਇਹ ਮਾਇਆ ਨਹੀਂ ਮਾਲਕ ਦੇ ਪਿਆਰੇ ਤੇ ਇੱਥੋਂ ਤੱਕ ਜਿੰਨੀਆਂ ਦਾਤਾਂ ਨੇ ਨਾ ਜੀ ਇੱਥੋਂ ਤੱਕ ਇਹ ਜੀਵਨ ਦੇ ਵਿੱਚ ਜਿਹੜੇ ਦੁੱਖ ਵੀ ਆਉਂਦੇ ਨੇ ਉਹ ਵੀ ਉਹਦੀ ਦਾਤ ਜਾਣ ਕਰਕੇ ਉਹਦਾ ਸ਼ੁਕਰਾਨਾ ਕਰਦੇ ਨੇ ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਜਾਂ ਤੁਸੀਂ ਆਪਣੀਆਂ ਮੋਟਰ ਕਾਰਾਂ ਗੱਡੀਆਂ 'ਤੇ ਵੀ ਲਿਖਾਇਆ ਹੋਣਾ ਕਈਆਂ ਨੇ ਪੰਕਤੀ ਲਿਖਾਈ ਹੁੰਦੀ ਹੈ ਇਹ ਭੇ ਦਾਤ ਤੇਰੀ ਦਾਤਾਰ ਇਹ ਪੰਕਤੀ 'ਤੇ ਅਸੀਂ ਲਿਖ ਲਈ ਜੀ ਅਸੀਂ ਉਹ ਪੰਕਤੀ ਲਿਖੀ ਇਸ ਕਰਕੇ ਵੀ ਆਹ ਜਿਹੜੀ ਗੱਡੀ ਦਿੱਤੀ ਹੈ ਤੇਰੀ ਦਾਤ ਹੈ ਇੱਥੋਂ ਤੱਕ ਉਹ ਪੰਕਤੀ ਅਸੀਂ ਸੀਮਤ ਰੱਖ ਲਈ ਪਰ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਾ ਸਿੱਖ ਵਾਹਿਗੁਰੂ ਦਾ ਪਿਆਰਾ ਉਹ ਕੇਵਲ ਬਾਣੀ ਪੜ੍ਹਦਾ ਨਹੀਂ ਕੇਵਲ ਇੱਕ ਪੰਕਤੀ ਆਪਣੀ ਮੋਟਰ ਕਾਰ ਗੱਡੀ 'ਤੇ ਲਿਖਾਉਂਦਾ ਹੀ ਨਹੀਂ ਉਹ ਬਾਣੀ ਨੂੰ ਜਿਉਂਦਾ ਹੈ ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਚੇਤੇ ਰੱਖਦਾ ਹੈ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਮਾਲਕਾ ਕਿੰਨੇ ਦੁੱਖ ਨੇ ਕਿੰਨੀਆਂ ਭੁੱਖਾਂ ਨੇ ਕਿੰਨੇ ਸੰਸਾਰ ਵਿੱਚ ਰੁਕਾਵਟਾਂ ਬਣਦੀਆਂ ਨੇ ਕਿੰਨੇ ਵਿਘਨ ਪੈਂਦੇ ਨੇ ਸਾਰੀਆਂ ਤੇਰੀਆਂ ਦਾਤਾਂ ਨੇ ਕਿਉਂਕਿ ਤੂੰ ਇਹ ਜਦੋਂ ਦੁੱਖ ਦਿੰਦਾ ਨਾ ਜੀ ਜਦੋਂ ਤੂੰ ਭੁੱਖ ਦਿੰਦਾ ਤੂੰ ਯਾਦ ਆਉਂਦਾ ਰੋਜ਼ ਆਪ ਜੀ ਪੜ੍ਹਦੇ ਸੁਣਦੇ ਹੋ ਕਿ ਦੁੱਖ ਦਾਰੂ ਸੁੱਖ ਰੋਗ ਪਾਇਆ ਜਦੋਂ ਦੁੱਖ ਆਉਂਦਾ ਤੇ ਉਹ ਮਾਲਕ ਨੂੰ ਯਾਦ ਕਰਦੇ ਆ ਦਾਰੂ ਬਣ ਜਾਂਦਾ
ਤੇ ਜੇ ਸੁੱਖ ਵਿੱਚ ਉਹਦੀ ਯਾਦ ਭੁੱਲ ਜਾਏ ਤੇ ਇਹ ਪਿਆਰਿਓ ਰੋਗ ਬਣ ਜਾਂਦਾ ਹੈ। ਨਹੀਂ ਤੇ ਕਿਹੜਾ ਜੀਵ ਕਹਿੰਦਾ ਵੀ ਮੈਂ ਰੋਗੀ ਬਣਾ, ਕਿਹੜਾ ਜੀਵ ਕਹਿੰਦਾ ਮੈਨੂੰ ਦੁੱਖ ਵਿਆਪੇ। ਹਰੇਕ ਜੀਵ ਅਸੀਂ ਸੁੱਖ ਦੀ ਭਾਲ ਕਰਦੇ ਹਾਂ, ਸੁੱਖ ਲੱਭਦੇ ਹਾਂ, ਸੁੱਖ ਮਿਲੇ, ਸੁੱਖ ਮਿਲੇ, ਸੁੱਖ ਮਿਲੇ। ਪਰ ਪਾਤਸ਼ਾਹ ਕਹਿੰਦੇ ਨੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਪਾਤਸ਼ਾਹ ਕਹਿੰਦੇ ਸਾਰਾ ਸੰਸਾਰ ਦੇਖਿਆ ਹੈ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਅਸੀਂ ਪਿਆਰਿਓ ਅੱਜ ਸੁੱਖ ਪਦਾਰਥਾਂ ਨੂੰ ਖਾ ਕਰਕੇ ਵੀ ਲੱਭਣ ਦਾ ਯਤਨ ਕਰਦੇ ਹਾਂ, ਅੱਜ ਅਸੀਂ ਸੁੱਖ ਚੰਗੇ ਬਸਤਰ ਪਾ ਕੇ ਵੀ ਲੱਭਣ ਦਾ ਯਤਨ ਕਰਦੇ ਹਾਂ, ਅੱਜ ਅਸੀਂ ਸੁੱਖ ਚੰਗੀਆਂ ਮੋਟਰ ਕਾਰਾਂ ਗੱਡੀਆਂ ਕੋਠੀਆਂ ਇਤਿਆਦਕਾਂ ਦੇ ਵਿੱਚ ਵੀ ਇਹ ਲੱਭਣ ਦਾ ਯਤਨ ਕਰਦੇ ਹਾਂ। ਪਰ ਸਭ ਕਾਸੇ ਦੇ ਵਿੱਚ ਹੁੰਦਿਆਂ ਹੋਇਆਂ ਵੀ ਫਿਰ ਵੀ ਜੇ ਮਨ ਇਹ ਭੱਠੀ ਦੇ ਦਾਣੇ ਦੀ ਤਰ੍ਹਾਂ ਭੁੱਜਦਾ ਪਿਆ ਤੇ ਇਹਦਾ ਮਤਲਬ ਕੁਝ ਸਮਝਣ ਦੀ ਲੋੜ ਹੈ ਜੋ ਗੁਰੂ ਮਾਲਕ ਨੇ ਸਾਡੀ ਝੋਲੀ ਵਿੱਚ ਬਚਨ ਪਾਏ ਨੇ। ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਯਤਨ ਬਹੁਤ ਸੁੱਖ ਕੇ ਕੀਏ। ਬਹੁਤ ਸ਼ਬਦ ਧਿਆਨ ਨਾਲ ਇਹ ਸਮਝਿਓ, ਬੜੇ ਵਾਰੀ ਤੁਸੀਂ ਗੁਰਬਾਣੀ ਵਿੱਚ ਪੜੋਗੇ। ਲਗਭਗ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਨਿਤਨੇਮ ਦੇ ਪਾਵਨ ਬਾਣੀਆਂ ਦੇ ਅੰਦਰ ਕੋਈ 370 ਦੇ ਕਰੀਬ ਸ਼ਬਦ ਅੱਖਰ ਨੇ ਜਿਹੜੇ ਬਾਰ ਬਾਰ ਉਹੀ ਆਈ ਜਾਂਦੇ ਨੇ, ਬਾਰ ਬਾਰ ਉਹੀ ਆਈ ਜਾਂਦੇ ਨੇ। ਤੇ ਜਦੋਂ ਇੱਕ ਸ਼ਬਦ ਨੂੰ ਤੁਸੀਂ ਸਮਝਦੇ ਹੋ, ਵਿਚਾਰਦੇ ਹੋ, ਤੇ ਇੱਕ ਇੱਕ ਅੱਖਰ ਜਿਹੜਾ ਬਾਰ ਬਾਰ ਬਾਣੀ ਵਿੱਚ ਰਿਪੀਟ ਹੁੰਦਾ ਹੈ, ਓਨੀ ਹੀ ਸਾਡੀ ਸ਼ੁੱਧਤਾਈ ਹੋ ਜਾਂਦੀ। ਇੱਕ ਅੱਖਰ ਦੀ ਗਲਤੀ ਹੈ ਤੇ ਜਿੰਨੇ ਵਾਰੀ ਉਹ ਅੱਖਰ ਆਉਣੇ ਓਨੀਆਂ ਗਲਤੀਆਂ ਸਾਡੀਆਂ ਬਣਨੀਆਂ। ਹੁਣ ਬਹੁਤ ਸ਼ਬਦ ਅਸੀਂ ਕਿੱਥੇ ਵਰਤਦੇ ਹਾਂ? ਜਿੱਥੇ ਲੋੜ ਤੋਂ ਗੱਲ ਵੱਧ ਹੋ ਜਾਏ। ਹੁਣ ਸਾਨੂੰ ਸਾਰਿਆਂ ਨੂੰ ਗਰਮੀ ਦੀ ਵੀ ਜ਼ਰੂਰਤ ਹੈ ਜੀ, ਨਿੱਘ ਚਾਹੀਦਾ। ਪਰ ਜਦੋਂ ਹੁਣ ਬਰਦਾਸ਼ਤ ਤੋਂ ਗੱਲ ਬਾਹਰ ਹੋ ਗਈ ਸੀ ਪਿਛਲੇ ਦਿਨ, ਜਾਂ ਜਦੋਂ ਵਰਖਾ ਨਹੀਂ ਸੀ ਹੋਈ ਤੇ ਅਸੀਂ ਕੀ ਸ਼ਬਦ ਵਰਤਦੇ ਸਾਂ? ਇਸ ਵਾਰੀ ਗਰਮੀ ਬਹੁਤ ਪੈ ਰਹੀ ਆ, ਅਜੇ ਕੀ ਚਾਹੀਦੀ ਹੁੰਦੀ ਹੈ। ਪਰ ਜਦੋਂ ਲੋੜ ਤੋਂ ਵੱਧ ਗਈ, ਨਹੀਂ ਬਰਦਾਸ਼ਤ ਹੋ ਰਹੀ, ਅਸੀਂ ਕਹਿ ਰਹੇ ਵੀ ਰੱਬਾ ਮੀਂਹ ਪਾ, ਗਰਮੀ ਬਹੁਤ ਹੋ ਗਈ। ਇੱਕ ਦਿਨ ਤੁਸੀਂ ਸੱਚ ਮੰਨਿਓ, ਮੈਂ ਬੜਾ ਹੈਰਾਨ ਹੋਇਆ। ਮੈਨੂੰ ਨਾ ਦਿਨ ਦੇ ਵਿੱਚ 2-4 ਗੁਰਸਿੱਖਾਂ ਦੇ ਆਪਣੇ ਗੁਰਮੁਖਾਂ ਦੇ ਫੋਨ ਤੇ 5-6 ਆਪਣੇ ਰਿਸ਼ਤੇਦਾਰ ਸੰਬੰਧੀਆਂ ਦੇ ਫੋਨ ਆਏ, ਇੱਕੋ ਗੱਲ ਰਿਪੀਟ ਹੋਈ ਜੀ ਸਾਰਿਆਂ ਦੀ। ਮੈਂ ਬੜਾ ਹੈਰਾਨ ਸੀ ਉਸ ਦਿਨ, ਇੱਕੋ ਗੱਲ ਰਿਪੀਟ ਹੋਈ ਪੈਂਦੇ ਆ ਸਾਰੀ ਫਤਿਹ ਦੀ ਸਾਂਝ ਕਰਕੇ। ਕਹਿੰਦੇ ਗਿਆਨੀ ਜੀ ਗਰਮੀ ਬੜੀ ਹੋ ਗਈ, ਫਤਿਹ ਬੁਲਾ ਕੇ ਗਿਆਨੀ ਜੀ ਗਰਮੀ ਬੜੀ ਹੋ ਗਈ। ਮੈਂ ਹਾਰ ਕੇ ਇੱਕ ਵਾਰੀ ਕਹਿ ਬੇਟਾ, ਮੈਂ ਕਿਹਾ ਮੈਂ ਕੀਤੀ ਆ? ਵੀ ਸਾਰੇ ਮੈਨੂੰ ਕਹੀ ਜਾਂਦੇ ਵੀ ਗਰਮੀ ਬੜੀ, ਗਰਮੀ ਜਿਸ ਨੇ ਕੀਤੀ ਆ ਭਲੇ ਉਹਦੀਆਂ ਖੇਡਾਂ ਨੇ, ਉਹਨੂੰ ਗਰਮੀ ਦੀ ਇੱਥੇ ਲੋੜ ਦਿਸਦੀ ਹੈ ਜਾਂ ਸਰਦੀ ਦੀ ਲੋੜ ਦਿਸਦੀ ਹੈ, ਉਹਨੂੰ ਪਤਾ ਕਿੰਨੀ ਪਾਉਣੀ ਕਿੰਨੀ ਨਹੀਂ ਪਾਉਣੀ। ਆਮ ਅਸੀਂ ਸ਼ਬਦ ਆਪਣੇ ਘਰਾਂ 'ਚ ਵੀ ਵਰਤੀ ਜਾਂਦੇ ਹਾਂ, ਦੁਕਾਨ 'ਤੇ ਜਾਓ, ਬਾਜ਼ਾਰ ਜਾਓ, ਇੱਕ ਦੂਜੇ ਨੂੰ ਕੋਈ ਗਰਮੀ ਬੜੀ ਹੋ ਗਈ ਹੈ। ਭਲੇ ਉਹ ਬਰਦਾਸ਼ਤ ਕਰਨ ਦਾ ਸਾਡਾ ਮਾਧਾ ਹੋਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਦੀਆਂ ਖੇਡਾਂ ਬੜੀਆਂ ਨਿਆਰੀਆਂ ਨੇ। ਮੈਂ ਬੇਨਤੀ ਕਰ ਰਿਹਾ ਸਾਂ ਵੀ ਦੇਖੋ, ਮਾਲਕ ਨੇ ਇਹ ਸ਼ਬਦ ਜਿਹੜਾ ਵਰਤਿਆ, ਅਸੀਂ ਸ਼ਬਦ ਉੱਥੇ ਇਹਨੂੰ ਵਰਤਦੇ ਹਾਂ ਜਿੱਥੇ ਲੋੜ ਤੋਂ ਵੱਧ ਜਾਏ। ਹੁਣ ਵਰਖਾ ਅਸੀਂ ਮੰਗਦੇ ਸਾਂ, ਵਰਖਾ ਚਾਹੀਦੀ ਆ, ਅਤੇ ਜਦੋਂ ਲਗਾਤਾਰ ਬਰਸਾਤ ਹੋਈ ਜਾ ਰਹੀ, ਲਗਾਤਾਰ ਬਰਸਾਤ ਹੋਈ ਜਾ ਰਹੀ, ਕਈ ਜਗ੍ਹਾ 'ਤੇ ਹੜ੍ਹ ਆਏ ਹੋਏ ਨੇ, ਉੱਥੇ ਅਸੀਂ ਕਹਿੰਦੇ ਜੀ ਵੀ ਬਰਸਾਤ ਬਹੁਤ ਹੋ ਰਹੀ ਆ, ਬਹੁਤ ਸ਼ਬਦ ਵਰਤ ਲਿਆ। ਹੁਣ ਅਗਲੇ ਦਿਨਾਂ ਵਿੱਚ ਜਾ ਕੇ ਸਾਨੂੰ ਸਰਦੀ ਚਾਹੀਦੀ ਹੈ ਜੀ, ਅਤੇ ਜਦੋਂ ਸਰਦੀ ਪੈਣੀ ਜਿਹੜੀ ਆ ਪੋਹ ਅਤੇ ਮਾਘ ਦੇ ਮਹੀਨੇ ਵਿੱਚ, ਉਦੋਂ ਸਾਡੇ ਸਰੀਰਾਂ ਤੋਂ ਬਰਦਾਸ਼ਤ ਕਰਨ ਤੋਂ ਗੱਲ ਬਾਹਰੀ ਹੋ ਜਾਂਦੀ, ਹੱਥ ਪੈਰ ਕੰਬਣ ਲੱਗ ਜਾਂਦੇ ਨੇ ਜੀ, ਬੜੇ ਬੜੇ ਵਸਤਰਾਂ ਦੀ ਲੋੜ ਪੈਂਦੀ ਆ, ਫਿਰ ਅਸੀਂ ਰੂਮ ਹੀਟਰਾਂ ਦੇ ਵਿੱਚ ਬਹਿੰਦੇ ਹਾਂ, ਉਦੋਂ ਅਸੀਂ ਕਹਿੰਦੇ ਹਾਂ ਵੀ ਸਰਦੀ ਬਹੁਤ ਪੈ ਰਹੀ ਆ। ਭਾਵ ਕਹਿਣ ਦਾ ਮੇਰਾ ਇਹ ਵੀ ਜਦੋਂ ਲੋੜ ਤੋਂ ਵੱਧ ਗੱਲ ਹੋਵੇ ਉੱਥੇ ਅਸੀਂ ਬਹੁਤ ਸ਼ਬਦ ਵਰਤਦੇ ਹਾਂ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਯਤਨ ਬਹੁਤ ਸੁੱਖ ਕੇ ਕੀਏ। ਕਹਿੰਦੇ ਸੁੱਖ ਦੇ ਵਾਸਤੇ ਇੰਨੇ ਯਤਨ ਮਨੁੱਖ ਨੇ ਕੀਤੇ, ਇੰਨੇ ਯਤਨ ਕਰਦਾ ਪਿਆ, ਬਹੁਤ ਲੋੜ ਤੋਂ ਵੀ ਵੱਧ, ਵੀ ਮੈਨੂੰ ਸੁੱਖ ਮਿਲੇ, ਮੈਨੂੰ ਸੁੱਖ ਮਿਲੇ, ਮੈਨੂੰ ਸੁੱਖ ਮਿਲੇ। ਪਰ ਲੋੜ ਤੋਂ ਵੀ ਵੱਧ ਯਤਨ ਕਰਕੇ ਫਿਰ ਵੀ ਸੁੱਖ ਪ੍ਰਾਪਤ ਨਹੀਂ ਹੋ ਰਿਹਾ। ਯਤਨ ਬਹੁਤ ਸੁੱਖ ਕੀ ਕੀਏ, ਦੁੱਖ ਕੋ ਕੀਓ ਨਾ ਕੋਏ। ਇਹਦਾ ਕਿਤੇ ਇਹ ਭਾਵਨਾ ਲਿਓ, ਸਿੱਧਾ ਅਸੀਂ ਕਈ ਵਾਰੀ ਸ਼ਬਦ ਸਮਝ ਜਾਂਦੇ ਹਾਂ ਵੀ ਸਹਿਤ ਦੁੱਖ ਵਾਸਤੇ ਕੋਈ ਯਤਨ ਨਹੀਂ ਕਰਦਾ। ਨਹੀਂ ਭਾਈ, ਦੁੱਖ ਵਾਸਤੇ ਕੋਈ ਯਤਨ ਨਹੀਂ ਕਰਦਾ ਵੀ ਮੈਨੂੰ ਦੁੱਖ ਮਿਲੇ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਨੇ ਵੀ ਜਿੰਨੇ ਵੀ ਤੂੰ ਯਤਨ ਕੀਤੇ ਨੇ ਨਾ, ਉਹ ਸਾਰੇ ਦੇ ਸਾਰੇ ਸਰੀਰ ਦੇ ਸੁੱਖ ਦੇ ਯਤਨ ਕੀਤੇ ਨੇ।
ਵੀ ਸਰੀਰ ਨੂੰ ਸੁੱਖ ਮਿਲ ਜਾਏ। ਜੇ ਅਸੀਂ ਚੰਗਾ ਭੋਜਨ ਖਾਧੇ ਤੇ ਇਹਦਾ ਸੰਬੰਧ ਜਿਹੜਾ ਸਰੀਰ ਦੇ ਨਾਲ ਇਹਦਾ ਮਨ ਦੇ ਨਾਲ ਕੋਈ ਸੰਬੰਧ ਨਹੀਂ ਹੈ, ਆਤਮਾ ਨਾਲ ਇਹਦਾ ਕੋਈ ਸੰਬੰਧ ਨਹੀਂ। ਜੇ ਅਸੀਂ ਚੰਗੇ ਬਸਤਰ ਤਨ ਤੇ ਪਾਲੇ ਦਾ ਤਨ ਦੇ ਨਾਲ ਸਰੀਰ ਦੇ ਨਾਲ ਸੰਬੰਧ ਹੈ, ਆਤਮਾ ਨਾਲ ਮਨ ਨਾਲ ਇਹਦਾ ਕੋਈ ਸੰਬੰਧ ਨਹੀਂ। ਜੇ ਅਸੀਂ ਚੰਗਾ ਜੋੜਾ ਆਪਣੇ ਕਦਮਾਂ ਦੇ ਵਿੱਚ ਪਾ ਲਿਆ ਹੈ ਨਾ, ਟੌਰ ਦੇ ਨਾਲ ਚੱਲਦੇ ਪਏ ਹੋ, ਤੇ ਇਹਦਾ ਸੰਬੰਧ ਕੇਵਲ ਸਰੀਰ ਨਾਲ ਹੈ, ਮਨ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਸੁੱਖ ਦੇ ਜਿੰਨੇ ਵੀ ਤੂੰ ਯਤਨ ਕੀਤੇ ਸੁੱਖ ਦੇ ਸਾਰੇ ਬਾਹਰੀ ਸੁੱਖ ਦੇ ਸਰੀਰ ਦੇ ਸੁੱਖ ਦੇ ਯਤਨ ਕੀਤੇ ਨੇ, ਦੁੱਖ ਕੋ ਕੀਓ ਨਾ ਕੋਏ। ਕਹਿੰਦੇ ਜਿਹੜਾ ਮਨ ਤੇਰਾ ਭੱਠੀ ਦੇ ਦਾਣੇ ਦੀ ਤਰ੍ਹਾਂ ਅੰਦਰ ਭੁੱਜਦਾ ਪਿਆ ਸੀ, ਦੁਖੀ ਸੀ, ਉਹਦੇ ਸੁੱਖ ਦੇ ਵਾਸਤੇ ਇੱਕ ਵੀ ਯਤਨ ਨਹੀਂ ਕੀਤਾ। ਕਿਉਂਕਿ ਸੁੱਖ ਤਾਂ ਤਾਂ ਹੀ ਮਿਲਣਾ ਸੀ ਨਾ, ਜੋ ਅੰਦਰ ਦੁੱਖ ਹੈ, ਜਿਹੜਾ ਦੁਖੀ ਹੋਇਆ ਪਿਆ ਉਹਨੂੰ ਸੁੱਖ ਮਿਲੇ ਤਾਂ ਹੀ ਸੁਖੀ ਹੋਵੇਗਾ ਨਾ ਜੀ। ਤੇ ਸਰੀਰ ਦੇ ਸੁੱਖ ਦਾ ਅਸੀਂ ਯਤਨ ਕਰੀ ਜਾ ਰਹੇ ਹਾਂ ਤੇ ਮਨ ਦੁਖੀ ਹੈ ਅੰਦਰੋਂ। ਹੁਣ ਸਾਨੂੰ ਪੈ ਰਹੀ ਭੁੱਖ ਲੱਗੀ ਹੋਵੇ ਪ੍ਰਸ਼ਾਦੇ ਦੀ, ਸਾਨੂੰ ਕੋਈ ਆ ਕੇ ਪਾਣੀ ਪੀ ਚੱਲ, ਦੁੱਧ ਪੀ ਚੱਲ, ਆਹ ਖਾ ਲਾ ਉਹ ਖਾ ਲਿਆ, ਅਸੀਂ ਕਹਿੰਦੇ ਨਹੀਂ ਭਾਈ, ਭਾਵੇਂ ਜਿੰਨਾ ਮਰਜ਼ੀ ਬਾਹਰੋਂ ਖਾ ਪੀਏ, ਜਿੰਨਾ ਚਿਰ ਦੋ ਪ੍ਰਸ਼ਾਦੇ ਨਹੀਂ ਛਕਦੇ ਨਾ, ਉਹਨਾਂ ਚਿਰ ਸਾਡੀ ਭੁੱਖ ਨਹੀਂ ਮਿਟਦੀ, ਤ੍ਰਿਪਤੀ ਨਹੀਂ ਹੁੰਦੀ। ਹੁਣ ਬਾਹਰੀ ਅਸੀਂ ਸਰੀਰ ਦੇ ਸੁੱਖ ਦੇ ਯਤਨ ਕਰੀ ਜਾ ਰਹੇ ਹਾਂ ਪਰ ਮਨ ਨੂੰ ਜੋ ਕੁਝ ਚਾਹੀਦਾ ਸੁੱਖ ਦੇ ਵਾਸਤੇ ਉਹਨੂੰ ਅਸੀਂ ਦੇਣ ਦਾ ਇੱਕ ਵੀ ਯਤਨ ਨਹੀਂ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਸੁੱਖ ਚਾਹੁੰਦਾ ਵੀ ਤੂੰ ਕਦੀ ਦੁਖੀ ਨਾ ਹੋਵੇ, ਕਦੀ ਮਾਇਆ ਦੇ ਹੱਥੋਂ ਤੇਰੀ ਬੇਪਤੀ ਨਾ ਹੋਵੇ, ਕਦੀ ਤੂੰ ਖੁਆਰ ਨਾ ਹੋਵੇ ਮਾਇਆ ਦੇ ਹੱਥੋਂ। ਪਾਤਸ਼ਾਹ ਕਹਿੰਦੇ ਇਹਦੇ ਵਾਸਤੇ ਕੀ ਕਰਨਾ ਚਾਹੀਦਾ? ਅਵਿਨਾਸੀ ਖੇਮ ਚਾਹੇ ਜੇ ਨਾਨਕ, ਅਵਿਨਾਸੀ ਖੇਮ, ਖੇਮ ਦਾ ਅਰਥ ਹੈ ਸੁੱਖ ਕਲਿਆਣ, ਅਵਿਨਾਸੀ ਦਾ ਅਰਥ ਹੈ ਨਾਸ ਤੋਂ ਰਹਿਤ। ਕਹਿੰਦੇ ਜੇ ਐਸਾ ਸੁੱਖ ਚਾਹੁੰਦੇ ਜਿਹੜਾ ਕਦੀ ਨਾਸ ਹੀ ਨਾ ਹੋਵੇ, ਤੇ ਉਹਦੇ ਵਾਸਤੇ ਕਰਨਾ ਕੀ ਪੈਣਾ? ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਕਹਿੰਦੇ ਸਦਾ ਹੀ ਪਰਮਾਤਮਾ ਨੂੰ ਸਿਮਰਨ, ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਇਹ ਤਾਂ ਮਨ ਸੁਖੀ ਹੋ ਸਕਦਾ ਹੈ। ਤੇ ਜਿਹਦੇ ਅੰਦਰ ਆਤਮਕ ਸੁੱਖ ਵਰਤ ਜਾਂਦਾ ਹੈ ਉਹਨੂੰ ਬਾਹਰੀ ਤੌਰ ਤੇ ਕਿਸੇ ਦੁੱਖ ਦੀ ਪਰਵਾਹ ਨਹੀਂ ਜੇ ਰਹਿ ਜਾਂਦੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਾਇਆ ਸੁਖ ਪਾਈਐ ਬੌੜ ਦੁੱਖ ਨਾ ਹੋਈ। ਕਹਿੰਦੇ ਮਨਾਂ ਤੂੰ ਸਭ ਤੋਂ ਵੱਡੇ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਪ੍ਰਭੂ ਪਰਮਾਤਮਾ ਨੂੰ ਜਪ ਸਿਮਰ, ਜਿਹਦੀ ਸ਼ਰਨ ਵਿੱਚ ਪਿਆ ਐਸਾ ਆਤਮਕ ਸੁੱਖ ਮਿਲਦਾ ਹੈ ਕਿ ਮੁੜ ਕਦੀ ਦੁੱਖ ਨਹੀਂ ਵਿਆਪਦਾ। ਐਸਾ ਆਤਮਕ ਸੁੱਖ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੈ। ਲੋਕਾਂ ਨੇ ਧੱਕੇ ਮਾਰੇ, ਕਬੂਲ ਬੋਲੇ, ਇੱਥੋਂ ਤੱਕ ਕਿ ਕਿਸੇ ਨੇ ਭੂਤ, ਕਿਸੇ ਨੇ ਬਿਤਾਲਾ, ਕਿਸੇ ਨੇ ਪਾਗਲ ਆਖਿਆ, ਪਰ ਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਵੀ ਨਾਮ ਦੀਆਂ ਦਾਤਾਂ ਦੇ ਕੇ ਉਹਨਾਂ ਦਾ ਵੀ ਉਧਾਰ ਕਰਦੇ, ਰੱਤਾ ਭਰ ਵੀ ਕੋਈ ਗਿਲਾ ਸਿਕਵਾ ਨਹੀਂ ਕੀਤਾ। ਇਹ ਆਤਮਕ ਸੁੱਖ ਹੈ। ਧੰਨ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਸੁੱਖ ਹੈ। ਜੇ ਤਪੇ ਦੀ ਈਰਖਾ ਦੇ ਕਾਰਨ ਲੋਕਾਂ ਨੇ ਉਹਦੇ ਪਿੱਛੇ ਲਾ ਕਰਕੇ ਕਿਹਾ ਵੀ ਜਾਓ ਇੱਥੋਂ ਉੱਠ ਕੇ ਚਲੇ ਜਾਓ, ਤੁਹਾਡੇ ਕਰਕੇ ਸਾਨੂੰ ਵਰਖਾ ਨਹੀਂ ਮਿਲ ਰਹੀ, ਕਾਲ ਪੈ ਗਏ ਹੈ, ਤੁਹਾਡੇ ਕਰਕੇ ਅਸੀਂ ਦੁਖੀ ਹਾਂ, ਤੇ ਗੁਰੂ ਪਾਤਸ਼ਾਹ ਨੇ ਤਾਂ ਵੀ ਕੋਈ ਗਿਲਾ ਸਿਕਵਾ ਨਹੀਂ ਕੀਤਾ। ਚੰਗਾ ਭਾਈ, ਜੇ ਸਾਡੇ ਜਾਣ ਨਾਲ ਤੁਹਾਡਾ ਭਲਾ ਹੋ ਸਕਦਾ ਅਸੀਂ ਚਲੇ ਜਾਂਦੇ। ਤੇ ਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਪੇ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ, ਘਰੀਸ ਘਰੀਸ ਕੇ ਮਾਰਿਆ, ਤੇ ਪਿਆਰੇ ਉਸ ਸਮੇਂ ਨਗਰ ਦੇ ਜੀਵਾਂ ਨੇ ਆਪਣੀ ਭੁੱਲ ਬਖਸ਼ਾਉਣ ਵਾਸਤੇ ਜੇ ਗੁਰੂ ਦੀ ਸ਼ਰਨ ਵਿੱਚ ਜਾਣਾ ਕੀਤਾ, ਬੇਨਤੀ ਕੀਤੀ ਸਤਿਗੁਰੂ ਵਾਪਸ ਆ ਜਾਓ ਸਾਡੇ ਕੋਲੋਂ ਭੁੱਲ ਹੋ ਗਈ, ਤੇ ਤਾਂ ਵੀ ਕੋਈ ਗਿਲਾ ਸਿਕਵਾ ਨਹੀਂ ਕਿ ਪਹਿਲਾਂ ਤੁਸੀਂ ਕੱਢ ਦਿੱਤਾ ਤੇ ਹੁਣ ਲੈਣ ਆ ਗਏ, ਨਹੀਂ, ਸਤਿਗੁਰੂ ਜੀ ਫਿਰ ਸਤ ਬਚਨ ਕਹਿ ਕੇ ਵਾਪਸ ਪਰਤਾ। ਇਹ ਆਤਮਕ ਸੁੱਖ ਹੈ। ਮੈਂ ਬਹੁਤਾ ਲੰਬੇਰਾ ਨਾ ਕਰਾਂ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਤੀ ਤਵੀ ਤੇ ਬਹਿ ਜਾਂਦੇ ਨੇ, ਉਬਲਦੀ ਦੇਗ ਵਿੱਚ ਉਬਾਲਾ ਖਾਂਦੇ ਨੇ, ਸੀਸ ਤੇ ਤੱਤੀ ਰੇਤਾ ਪੈਂਦੀ ਹੈ, ਪਰ ਆਤਮਕ ਸੁੱਖ ਹੈ ਤੇ ਮੁੱਖ ਤੋਂ ਉਚਾਰਨ ਕਰਦੇ ਨੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਆਤਮਕ ਸੁੱਖ ਹੈ। ਜਿਸ ਬਾਹਰੀ ਤੌਰ ਤੇ ਹਾਲਤ ਨੂੰ ਦੇਖ ਕੇ ਸਾਈਂ ਮੀਆਂ ਮੀਂਹ ਵਰਗੇ ਭੋਬਾ ਮਾਰ ਕੇ ਰੋਣ ਲੱਗ ਜਾਂਦੇ, ਪਾਤਸ਼ਾਹ ਤੁਹਾਡੀ ਇਹ ਸਰੀਰ ਦੀ ਹਾਲਤ ਮੇਰੇ ਕੋਲੋਂ ਦੇਖੀ ਨਹੀਂ ਜਾਂਦੀ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸਾਈਂ ਜੀ ਤੁਸੀਂ ਇੱਕ ਦਿਨ ਸਾਡੇ ਨਾਲ ਪੰਗਤੀ ਦੀ ਸਾਂਝ ਪਾਈ ਸੀ ਵੀ ਕੀ ਇਹ ਹਕੀਕਤ ਵਿੱਚ ਵੀ ਹੈ ਕਿ ਜਾਂ ਕੇਵਲ
लिखती रूप दे विच ही हो सकता है। कहन लगे की कहिंदे तुसीं कहा सी तन मन काट काट सब अर्पी विच अग्नि आप जलाई। कहिंदे असीं तुहानूं वचन कीता सी भी समा आएगा इह पंक्ति दी तुहानूं व्याख्या करके सुणावांगे। कहिंदे अज उसे पंक्ति दी असीं व्याख्या कर रहे हैं। कमाल दी गल है कि सतगुरु बाणी जीव के दसदे सन। गुरु पातशाह महाराज कृपा करने आत्मक सुख गुरु दे कोल है चौवे पुत्र साडे तो कुरबान कर देंगे ने, परिवार साडे तो कुरबान कर देने, जानो प्यारे से कुरबान हो जाते हैं ते तामी साडे वास्ते सुख मंगते ने। मैं उजड़ा मेरा पंथ वसे मन चाओ कनेरा, ये आत्मक सुख की गाथा है जी। तो जिहदे कोल आत्मक सुख है उन्हों कदी माया दे हथों बेपति नहीं होंगी, उन्हों कदी खुआरी नहीं होंगी, वह जीव कदी माया दे हथों ठगिया नहीं जाता। दो बेनतियां करके समाप्ति कर देनी। अगला जथा आ गया। इस पावन शब्द के अगले बचन ने धन गुरु गुरु अर्जन साहब महाराज जी कृपा करते हैं। कहिंदे बिन सिमरन जो जीवन बलना सर्प जैसे अरजारी, नाम खंडन को राज कमावे अंत चले गुआरी। गुरु पातशाह महाराज जी कहिंदे जिहड़ा सिमरन तो बिना जीवन गुजारना ना बलना जीवन बतीत करना, कहिंदे इस तरह का जीवन है नाम तो बिना जिवें एक सप की उम्र होंदी है। बड़े कमाल की गल है भी मालका असीं मनुख बंदे हाँ तो सानू तुसीं सप दे नाल तुलना देंदे हो। पातशाह कहिंदे हाँ, पर क्यों? पातशाह कहिंदे ने सप की उम्र लंबेरी मनी जाती है तो सप सारी जिंदगी करता की है जी, जहर ही जहर पैदा करता है तो जदों उहदा सिर भर जांदा है जहर ना फिर सिर खौलदा जी, फिर डंग मारना चाहुंदा किसी जीव जंतु नूं, जीव जंतु ना मिले पत्थर नूं ही डंग मार दिंदा है जी। तो वैदिक लोग कहिंदे ने भी पत्थर नूं जदों डंग मारदे हो तो संखिया पैदा हुंदा, बहुत सारियां दवाइयां च पैंदा है जी। तो हुण मनुख है तो मनुख सारी जिंदगी नाम तो बिना जे सप वर्गा जिंदगी है सप वर्गी उम्र है तो कहिंदे इह वी जहर ही जहर पैदा करदा है, इह विकारां दी जहर पैदा करदा है, निंदिया चुगली दी जहर पैदा करदा है। गुरु पातशाह महाराज सतगुरु कहिंदे जदों इहदे अंदर जहर भर जांदी है ना जी, इह मनुख दा भी सिर खौलदा है जी। हुण मनुख दा सिर खौलेगा तो इह मनुख ते मनुख नूं ही डंग मारेगा ना जी, फिर इहदा जदों सिर खौलदा है इह भी मनुखां नूं डंग मारदा है जी, फिर इह भी निंदिया ते चुगली रूपी डंग मारदा है, इह भी विकारां रूपी डंग मारदा है, इह भी गुरु नालों शरदा तोड़न दा डंग मारदा है, इह नशियां वल प्रेरित करदा डंग मारदा है जी, घर घर के घर बर्बाद कर दिंदा ऐसा डंग मारदा है। मालिक कृपा करे इहो जी जिंदगी ना सानू मिले, गुरमुखां वाली जिंदगी बने। पातशाह कहिंदे नौवां खंडां वाली धरती दा राज भाग भी जीव कमाउंदा होवे अंत नूं मनुखां जीवन दी बाजी हार के जाणा पैंदा है। अखीरले बचन ने शब्द है गुण निधान गुण तिन ही गाए, जा को कृपा धारी सो सुखिया धन उस जन्मा, नानक तिस बलिहारी। गुणा दे खजाने प्रभु परमात्मा दे गुण उसे जीव ने गाए ने। पातशाह कहिंदे जे ते मालिक प्रभु परमात्मा ने कृपा कीती मेहर कीती, पातशाह कहिंदे ओ सुखी है, उहदा जीवन धन है। गुरु अर्जन साहब महाराज पंजवें नानक कहिंदे मैं उत्तों बलहार कुरबान सदके जाना, मालिक कृपा करे ऐसियां महान रूहां संत बाबा निधान सिंह जी, संत बाबा हरनाम सिंह जी, संत बाबा आत्मा सिंह जी, संत बाबा शीशा सिंह जी, इन्हां महापुरखां दी याद मराने जिन्हां ने आप जपया ते जपाया, जिन्हां ने आप सेवा कीती ते कराई, अज उन्हां दे पाए हुए पूर्णियां ते तिन्हां दे दर तों वरसाए हुए संत बाबा नरेंद्र सिंह जी, संत बाबा बलविंदर सिंह जी सेवावां कर रहे ने करवा रहे ने। मालक कृपा करे रहमत करके महापुरखां दा बहुत बहुत धन्नवाद। महापुरखां दी मनाई हुई याद साडी सफली होवे, सदा गुरु गुरु जपदे रहिए। सत्कारयोग सकत्तर साहब होणा दा बहुत धन्नवाद आए हुए। अगले जथे नूं जिओ आया आखिए गुरु फतेह दी सांझ करिए जी। वाहिगुरु जी का खालसा, वाहिगुरु जी की फतेह।